ਸਾਡੇ YouTube ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਰਪਾ ਕਰਕੇ ਸਾਡੇ ਜੀ YouTube ਚੈਨਲ ਗੁਰਗਿਆਨ ਟੀਵੀ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ, ਤਾਂ ਕਿ ਸਾਡੀਆਂ ਆਉਣ ਵਾਲੀਆਂ ਲੇਟੈਸਟ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ। ਧੰਨ ਵਾਹਿਗੁਰੂ ਸਾਹਿਬ ਜੀਓ, ਜਿਉਂ ਬੁਲਾਵੋ ਤਿਉਂ ਬੋਲਾ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਧੰਨ ਵਾਹਿਗੁਰੂ ਸਾਹਿਬ ਜੀ। ਚਾਚਰੀ ਛੰਦ ਅਭੰਗ ਹੈ, ਅਨੰਗ ਹੈ, ਅਪੇਖ ਹੈ, ਅਲੇਖ ਹੈ, ਅਪਰਮ ਹੈ, ਅਕਰਮ ਹੈ, ਅਨਾਦ ਹੈ, ਜੁਗਾਦ ਹੈ, ਅਜੈ ਹੈ, ਅਭੈ ਹੈ, ਅਭੂਤ ਹੈ, ਅਤੂਤ ਹੈ, ਅਨਾਸ ਹੈ, ਉਦਾਸ ਹੈ, ਅਤੰਦ ਹੈ, ਅਬੰਦ ਹੈ, ਅਭਗਤ ਹੈ, ਬਿਰਕਤ ਹੈ, ਅਨਾਸ ਹੈ, ਪ੍ਰਕਾਸ਼ ਹੈ, ਨਚਿੰਤ ਹੈ, ਸੁਨੰਤ ਹੈ, ਅਲੇਖ ਹੈ, ਅਦੇਖ ਹੈ, ਅਲੇਖ ਹੈ, ਅਪੇਖ ਹੈ, ਅਟਾ ਹੈ, ਅਗਾਹ ਹੈ, ਅਸੰਭ ਹੈ, ਅਗੰਭ ਹੈ, ਅਨਿਲ ਹੈ, ਅਨਾਦ ਹੈ, ਅਨਿਤ ਹੈ, ਸੁਨਿਤ ਹੈ, ਅਜਾਤ ਹੈ, ਅਜਾਦ ਹੈ, ਅਨਿਤ ਹੈ, ਸੁਨਿਤ ਹੈ, ਅਜਾਤ ਹੈ, ਅਜਾਦ ਹੈ। ਪਰਮ ਸਨਮਾਨ ਯੋਗ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾ ਕੇ ਮੁਕੱਦਸ ਗੋਦ ਵਿੱਚ ਬੈਠ ਕਰਕੇ ਗੁਰੂ ਕੇ ਚਰਨਾਂ ਨਾਲ ਜੁੜੀ ਹੋਈ ਸਾਜੀ ਨਿਵਾਜੀ ਸਾਧ ਸੰਗਤ ਜੀ, ਉਹ ਸਾਹਿਬ ਨੇ ਕਿਰਪਾ ਕੀਤੀ ਹੈ, ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਹੀ ਜੋ ਅੰਮ੍ਰਿਤ ਵੇਲੇ ਦੇ ਦੀਵਾਨ ਸੱਜੇ ਹਨ, ਸੱਜੇ ਹੋਏ ਦੀਵਾਨਾਂ ਵਿੱਚ ਅੰਦਰ ਨਿਤਨੇਮ ਦੀ ਬਾਣੀ ਦਾ ਪਾਠ ਅਰਦਾਸ ਹੁਕਮਨਾਮਾ ਆਪਣੇ ਸਰਵਣ ਕੀਤਾ ਹੈ, ਉਸ ਤੋਂ ਉਪਰੰਤ ਜੋ ਲੜੀਵਾਰ ਸਤਿਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਜਾਪ ਸਾਹਿਬ ਦੀ ਵਿਚਾਰ ਆਪਾਂ ਕਰਦੇ ਆ ਰਹੇ ਹਾਂ, ਆਓ ਉਸੇ ਹੀ ਲੜੀ ਨੂੰ ਅੱਗੇ ਆਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਨਾਲ ਸਾਂਝ ਪਾਈਏ। ਦੇਹੋ ਅਸੀਸ ਪਿਆਰ ਨਾਲ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਤੱਕ ਆਪਾਂ 132 ਬੰਦਾਂ ਦੀ ਵਿਚਾਰ ਕੀਤੀ ਸੀ, ਇਸ ਤੋਂ ਅਗਲੇਰੇ ਜੋ ਚਾਚਰੀ ਛੰਦ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਹਜ਼ੂਰ ਕਹਿੰਦੇ ਹਨ, ਹੇ ਪਰਮੇਸ਼ਰ ਤੂੰ ਅਭੰਗ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਲਿਖਤ ਵਿੱਚ ਬੜੀ ਤਾਕਤ ਹੈ ਅਤੇ ਉਹਨਾਂ ਦੀ ਲਿਖਣ ਸ਼ੈਲੀ ਵਿੱਚ ਵੀ ਐਸੇ ਪਿਆਰੇ ਸ਼ਬਦ ਹਨ, ਅੱਖਰ ਥੋੜ੍ਹੇ ਨੇ ਗੱਲ ਵੱਡੀ ਹੈ, ਅਤੇ ਕਹੀ ਉਸ ਪਰਮੇਸ਼ਰ ਦੇ ਪਰਥਾਏ ਹੈ। ਹਜ਼ੂਰ ਕਹਿੰਦੇ ਹਨ, ਮੇਰੇ ਮਾਲਕ ਤੂੰ ਅਭੰਗ ਹੈ, ਤੂੰ ਕਦੇ ਵੀ ਨਾਸ਼ ਨਹੀਂ ਹੋਏਗਾ, ਤੂੰ ਕਦੇ ਵੀ ਭੰਗ ਨਹੀਂ ਹੋਏਗਾ। ਜਿਵੇਂ ਸਰੀਰ ਦਾ ਕੋਈ ਅੰਗ ਭੰਗ ਹੋ ਜਾਣਾ, ਭੰਗ ਮੈਣੇ ਖਤਮ ਹੋ ਜਾਣਾ, ਨਾਸ਼ ਹੋ ਜਾਣਾ, ਅਤੇ ਸੌਖੇ ਜੀ ਸ਼ਬਦਾਵਲੀ ਅੰਦਰ ਸ਼ਬਦ ਵਰਤ ਲੈਂਦੇ ਆ, ਫਲਾਣੇ ਬੰਦੇ ਦਾ ਅੰਮ੍ਰਿਤ ਭੰਗ ਹੋ ਗਿਆ। ਅਸਲ 'ਚ ਜੇ ਇਹ ਵਿਸ਼ਾ ਇੱਕ ਵੱਖਰਾ ਹੈ, ਸਿਰਫ ਇਸ਼ਾਰੇ ਮਤ ਸਮਝਣ ਵਾਸਤੇ ਗੱਲ ਕੀਤੀ ਹੈ ਵੀ ਭੰਗ ਹੋਣਾ ਲੋਕ ਸਮਝਦੇ ਵੀ ਖਤਮ ਹੋ ਜਾਣਾ ਹੈ। ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਹੇ ਪਰਮੇਸ਼ਰ ਤੂੰ ਅਭੰਗ ਹੈ, ਤੂੰ ਕਦੇ ਨਾਸ਼ ਨਹੀਂ ਹੋਣਾ, ਤੂੰ ਕਦੇ ਖਤਮ ਨਹੀਂ ਹੋਣਾ, ਤੇਰੇ ਉੱਤੇ ਕਦੇ ਵੀ ਸਮੇਂ ਦਾ ਕੋਈ ਫਰਕ ਪੈਣਾ ਹੀ ਨਹੀਂ। ਅਤੇ ਪਾਤਸ਼ਾਹ ਕਹਿੰਦੇ ਅਨੰਗ ਹੈ, ਅਨ ਅੰਗ, ਅਨੰਗ ਦਾ ਅਰਥ ਹੈ ਅਨ ਅੰਗ, ਜਿਹਦਾ ਕੋਈ ਵੀ ਅੰਗ ਨਹੀਂ ਆ।
ਜਦੋਂ ਉਹ ਉਹਦਾ ਕੋਈ ਅੰਗ ਹੀ ਨਹੀਂ ਹੈ, ਉਹਦਾ ਕੋਈ ਸਰੀਰ ਨਹੀਂ ਹੈ, ਅਤੇ ਸਰੀਰ ਉੱਤੇ ਤਾਂ ਸਮਾਂ ਅਸਰ ਪਾਉਂਦਾ। ਸਰੀਰ ਮੈਨੇ ਪਹਿਲਾਂ ਬਚਪਨ ਆਇਆ, ਜਵਾਨੀ, ਵਡੇਪਾ, ਇਹ ਸਰੀਰ ਉੱਤੇ ਸਮੇਂ ਨੇ ਅਸਰ ਪਾਇਆ ਹੈ। ਪਰ ਜਿਹਦਾ ਕੋਈ ਸਰੀਰ ਹੀ ਨਹੀਂ, ਉਹਦੇ ਉੱਤੇ ਸਮਾਂ ਅਸਰ ਕਿਵੇਂ ਪਾ ਲਏਗਾ? ਪਾਤਸ਼ਾਹ ਕਹਿੰਦੇ ਇਸ ਕਰਕੇ ਮੇਰੇ ਮਾਲਕ ਤੂੰ ਅਨੰਗ ਹੈ। ਹਜ਼ੂਰ ਕਹਿੰਦੇ ਅਭੇਖ ਹੈ, ਭੇਖ ਤੋਂ ਰਹਿਤ ਹੈ, ਤੇਰਾ ਕੋਈ ਇੱਕ ਖਾਸ ਭੇਖ ਨਹੀਂ ਹੈ। ਤੂੰ ਦੁਨੀਆਂ ਨੂੰ ਤੇ ਸੰਸਾਰ ਨੂੰ ਤੇ ਕਈ ਭੇਖ ਮਿਲੇ ਨੇ, ਸੰਸਾਰ ਨੇ ਤੇ ਕਈ ਭੇਖ ਧਾਰਨ ਕੀਤੇ, ਪਰ ਆਪਣਾ ਤੇਰਾ ਕੋਈ ਭੇਖ ਨਹੀਂ। ਗੁਰੂ ਸਾਹਿਬ ਨੇ ਆਖਿਆ ਕੁਛ ਲੋਕ ਭੇਖ ਬਣਾਉਂਦੇ ਹਨ ਕਈ ਤਰ੍ਹਾਂ ਦਾ, ਪਰ ਤ੍ਰਿਪਤ ਨਹੀਂ ਹੁੰਦੇ। ਫਿਰ ਵੀ ਭੇਖ ਅਨੇਕ ਅਗਨ ਨਹੀਂ ਬੁੱਝੈ, ਕੋਟ ਉਪਾਵ ਦਰਗੈ ਨਹੀਂ ਸਿੱਝੈ। ਅਨੇਕਾਂ ਹੀ ਭੇਖ ਬਣਾਏ ਜਾਂਦੇ ਨੇ, ਬੰਦੇ ਲੋਕਾਂ ਨੂੰ ਠੱਗਣ ਵਾਸਤੇ ਬਣਾਉਂਦੇ ਹਨ, ਲੋਕਾਂ ਨੂੰ ਧਰਮੀ ਦਿਖਣ ਵਾਸਤੇ ਬਣਾਉਂਦੇ ਹਨ ਕਿ ਅਸੀਂ ਧਰਮੀ ਦਿਸ ਪਈਏ, ਤਾਂ ਇਹੋ ਜਿਹਾ ਭੇਖ ਬਣਾਉਂਦੇ ਹਨ। ਹਜ਼ੂਰ ਕਹਿੰਦੇ ਮੇਰੇ ਮਾਲਕ ਪਾਤਸ਼ਾਹ ਜੀ, ਤੇਰਾ ਕੋਈ ਆਪਣਾ ਭੇਖ ਨਹੀਂ। ਇੱਕ ਵਿਚਾਰ ਹੋਰ, ਜੋ ਸਾਨੂੰ ਕਲਗੀਧਰ ਪਾਤਸ਼ਾਹ ਜੀ ਨੇ ਬਖਸ਼ਿਸ਼ ਦਿੱਤੀ ਹੈ ਨਾ ਬਾਣੇ ਦੀ, ਉਹਦਾ ਇੱਕ ਵੱਖਰਾ ਨਿਰਾਲਾ ਰੂਪ ਹੈ। ਜਾਣੋ ਕਿਵੇਂ? ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਹ ਕਦੇ ਨਹੀਂ ਕਹਿੰਦੇ ਵੀ ਜੋ ਇਹ ਬਾਣਾ ਦਿੱਤਾ ਇਹ ਮੇਰਾ ਆਪਣਾ ਹੈ। ਉਹ ਕਹਿਣ ਲੱਗੇ ਸਭ ਕੁਛ ਪਰਮੇਸ਼ਰ ਦਾ ਹੈ, ਜੇ ਉਹ ਪਰਮੇਸ਼ਰ ਸ਼ਸਤਰਧਾਰੀ ਹੈ ਤੇ ਮੈਂ ਵੀ ਸ਼ਸਤਰਧਾਰੀ ਹਾਂ। ਉਹਨਾਂ ਕਿਹਾ ਪਰਮਾਤਮਾ ਜੀ ਇਹ ਜਿਹੜਾ ਖਾਲਸਾ ਸਾਜਿਆ ਹੈ ਇਹ ਮੈਂ ਨਹੀਂ ਸਾਜਿਆ, ਤੂੰ ਸਾਜਿਆ ਹੈ, ਇਹ ਮੇਰਾ ਨਹੀਂ ਤੇਰਾ ਹੈ। ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਅਤੇ ਜਦੋਂ ਇਹ ਪਰਮਾਤਮਾ ਕੀ ਮੌਜ ਹੈ ਅਤੇ ਪਰਮਾਤਮਾ ਦੀ ਮੌਜ ਵਿੱਚ ਹੀ ਇਹ ਸਭ ਕੁਛ ਸਾਜਿਆ ਗਿਆ ਹੈ, ਅਤੇ ਇਹ ਪਰਮੇਸ਼ਰ ਦੀ ਦਿੱਤੀ ਹੋਈ ਦਾਤ ਹੈ, ਪਰਮੇਸ਼ਰ ਨੇ ਇਸ ਨੂੰ ਸਾਜਿਆ ਨਵਾਜਿਆ ਹੈ। ਔਰ ਇਸ ਬਾਣੇ ਦਾ ਇੱਕ ਵੱਖਰਾ ਹੀ ਪ੍ਰਭਾਵ ਹੈ, ਵੱਖਰਾ ਹੀ ਨਿਰਾਲਾ ਰੂਪ ਹੈ, ਇੱਕ ਬੜੀ ਪਿਆਰੀ ਉਦਾਹਰਣ ਹੈ। ਸਰਕਾਰ ਵੱਲੋਂ ਭੇਜੇ ਗਏ ਸੂਹੇ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਫੌਜ ਦਾ ਅਤੇ ਗੁਰੂ ਸਾਹਿਬ ਜੀ ਦੀ ਸਾਰੇ ਪ੍ਰਬੰਧ ਦਾ ਭੇਦ ਲੈਣ ਵਾਸਤੇ ਆਏ, ਉਹਨਾਂ ਨੂੰ ਉੱਥੇ ਪਹਿਰਾਵਾ ਪਹਿਨਾਇਆ ਗਿਆ। ਉਹਨਾਂ ਨੂੰ ਜਿਹੋ ਜਿਹੇ ਗੁਰਸਿੱਖਾਂ ਦਾ ਲਿਬਾਸ ਸੀ, ਗੁਰਸਿੱਖਾਂ ਦਾ ਬਾਣਾ ਸੀ, ਉਹੋ ਜਿਹਾ ਉਹਨਾਂ ਨੂੰ ਬਾਣਾ ਪਹਿਨਾਇਆ ਗਿਆ। ਅਤੇ ਇਹ ਗੱਲ ਕਹੀਏ ਵੀ ਜੋ ਉੱਥੇ ਸਿੱਖ ਕਰਨਗੇ ਤੁਸੀਂ ਉਹੋ ਜਿਹਾ ਉੱਥੇ ਉੱਥੇ ਕਰਨਾ, ਉੱਦਾਂ ਉੱਦਾਂ ਹੀ ਕਰਨਾ ਆ, ਤੁਹਾਡਾ ਪਤਾ ਨਾ ਲੱਗੇ ਵੀ ਤੁਸੀਂ ਸਾਡੇ ਸੂਈਏ ਹੋ। ਉਹਨਾਂ ਗੁਰੂ ਦਰਬਾਰ ਅੰਦਰ ਜਾ ਕੇ ਉਵੇਂ ਕਰਨਾ ਸ਼ੁਰੂ ਕਰ ਦਿੱਤਾ, ਜਿਵੇਂ ਅੰਮ੍ਰਿਤ ਵੇਲੇ ਦੇ ਨਾਲ ਸਿੱਖ ਉੱਠਦੇ ਉਹ ਵੀ ਉੱਠਣ ਲੱਗੇ, ਸਿੱਖ ਬਾਣੀ ਪੜ੍ਹਨ ਲੱਗੇ। ਉਹਨਾਂ ਨੂੰ ਬਾਣੀ ਤਾਂ ਪੜ੍ਹਨੀ ਨਹੀਂ ਆਉਂਦੀ ਪਰ ਚੌਂਕੜ ਲਾ ਕੇ ਵੀ ਬਹਿਣ ਲੱਗੇ। ਹੌਲੀ ਹੌਲੀ ਸੋਚਦੇ ਇਹ ਸੀ ਵੀ ਆਪਾਂ ਤੇ ਸਾਰਾ ਭੇਤ ਇੱਥੋਂ ਦਾ ਲੈ ਕੇ ਤੇ ਆਪਣੇ ਸਰਕਾਰ ਕੋਲੋਂ ਦੱਸਾਂਗੇ ਤੇ ਵੱਡਾ ਇਨਾਮ ਲਵਾਂਗੇ। ਪਰ ਗਰੀਬ ਨਵਾਜ ਪਾਤਸ਼ਾਹ ਜੀ ਦੇ ਉਸ ਬਾਣੇ ਦਾ, ਉਸ ਬਾਣੀ ਦਾ ਐਸਾ ਉਹਨਾਂ ਉੱਪਰ ਅਸਰ ਹੋਇਆ, ਉਹ ਕਹਿਣ ਲੱਗੇ ਵੀ ਆਪਾਂ ਰੋਜ਼ ਉੱਠਦੇ ਨਹੀਂ ਆ, ਪਰ ਤੜਕੇ ਉੱਠ ਕੇ ਬੇਈਮਾਨੀ ਕਰਨ ਲੱਗ ਪੈਂਦੇ ਵੀ ਸੋਚਦੇ ਹਾਂ ਵੀ ਆਹ ਸਿੱਖ ਕੀ ਕਰਦਾ ਤੇ ਆਹ ਸਿੱਖ ਕੀ ਕਰਦਾ ਏ, ਅਸੀਂ ਕਰਦੇ ਤੇ ਉਹਨਾਂ ਵਾਂਗ ਹਾਂ, ਤੇ ਹੈ ਤੇ ਇਹ ਪਾਪ ਹੀ ਹੈ ਤੇ ਗੁਨਾਹ ਹੀ ਹੈ ਕਿ ਇਹ ਸਾਰੇ ਉੱਠ ਕੇ ਖੁਦਾ ਦਾ ਨਾਂ ਲੈਂਦੇ ਤੇ ਅਸੀਂ ਖੁਦਾ ਦੇ ਨਾਂ ਤੇ ਇਹਨਾਂ ਨੂੰ ਬਦਨਾਮ ਕਰਨ ਲੱਗੇ ਹੋਏ ਹਾਂ। ਮਨ 'ਚ ਇੱਕ ਪਛਤਾਵਾ ਜਿਹਾ ਹੋਇਆ, ਐਸਾ ਰੰਗ ਚੜ੍ਹ ਗਿਆ ਉਧਰੋਂ ਇਹਨਾਂ ਲੋਕਾਂ ਨੇ ਜਿਹੜਾ ਉਹ ਗਲ ਵਿੱਚ ਬਾਣਾ ਪਾਇਆ ਸੀ ਨਾ, ਉਹਦਾ ਅਸਰ ਹੋ ਗਿਆ। ਬਾਣੀ ਜਿਹੜੀ ਮਾੜੀ ਮੋਟੀ ਸੁਣਦੇ ਸੀ, ਸਿੱਖਾਂ ਕੋਲੋਂ ਥੋੜ੍ਹੀ ਬਹੁਤ ਸੁਣਦੇ ਸੀਗੇ, ਜਾਂ ਇਹ ਬੈਠ ਕੇ ਚੌਂਕੜਾ ਲਾ ਕੇ ਸੁਣ ਕੁਛ ਵੀ ਕੁਛ ਵਾਹਿਗੁਰੂ ਕਰਦੇ ਸਨ, ਉਹਦਾ ਅਸਰ ਹੋ ਗਿਆ, ਇਹ ਸਿੱਖ ਬਣ ਗਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਹਜ਼ੂਰੀ 'ਚ ਜਾ ਕੇ ਸਾਰੀ ਵਾਰਤਾ ਸਮਝਾ ਦੱਸ ਦਿੱਤੀ, ਗੁਰੂ ਸਾਹਿਬ ਅਸੀਂ ਭੇਜੇ ਹੋਏ ਸਰਕਾਰ ਦੇ ਟਾਊਟ ਹਾਂ, ਅਤੇ ਅਸੀਂ ਸਤਿਗੁਰੂ ਸਾਹਿਬ ਜੀ ਤੁਹਾਡੇ ਵਾਂਗ, ਤੁਹਾਡੇ ਸਿੱਖਾਂ ਵਾਂਗ ਰਹਿਣਾ ਸੀ, ਤੁਹਾਡੇ ਸਿੱਖਾਂ ਵਾਂਗ ਬਹਿਣਾ,
ਉਹਨਾਂ ਵਾਂਗ ਖਾਣਾ, ਉਹਨਾਂ ਵਾਂਗ ਹੀ ਵਿੱਚ ਰਹਿਣਾ ਕਿ ਤਾਂ ਕਿ ਪਤਾ ਨਾ ਲੱਗੇ ਅਸੀਂ ਵੱਖਰੇ ਬੰਦੇ ਹਾਂ। ਪਰ ਸਤਿਗੁਰੂ ਤੁਹਾਡੇ ਗੁਰਸਿੱਖਾਂ ਦੇ ਜੀਵਨ ਦਾ ਪ੍ਰਭਾਵ ਸਾਡੇ ਉੱਤੇ ਪੈ ਗਿਆ, ਅਸੀਂ ਆਪ ਆਪਣੇ ਆਪ ਨੂੰ ਬਦਲ ਲਿਆ। ਅਤੇ ਮੇਰੇ ਦਸਵੇਂ ਪਾਤਸ਼ਾਹ ਨੇ ਬਚਨ ਕੀਤਾ ਸੀ ਵੀ ਇਹ ਬਾਣਾ ਕਿਸੇ ਪਖੰਡੀਆਂ ਦਾ ਭੇਖ ਨਹੀਂ ਹੈ, ਇਹ ਪਰਮੇਸ਼ਰ ਦਾ ਬਾਣਾ ਹੈ, ਇਹ ਗੁਰੂ ਪਰਮੇਸ਼ਰ ਨੇ ਦਿੱਤਾ ਹੋਇਆ ਬਾਣਾ ਸਵਰੂਪ ਹੈ, ਬਾਣੀ ਤੇ ਉਹਦੀ ਪਰਮੇਸ਼ਰ ਦੀ ਹੈ, ਬਾਣਾ ਵੀ ਉਸੇ ਦਾ ਹੀ ਹੈ। ਔਰ ਜਿੱਥੇ ਬਾਣੀ ਬਾਣਾ ਪਹਿਣ ਕੇ ਕੋਈ ਬਾਣੀ ਪੜੇਗਾ ਉੱਥੇ ਪਰਮੇਸ਼ਰ ਕਿਰਪਾ ਕਰੇਗਾ ਹੀ ਕਰੇਗਾ। ਜਿੱਥੇ ਬਾਣੀ ਤੇ ਬਾਣਾ ਦੋਨੇ ਹੋਣਗੇ ਉੱਥੇ ਪਰਮੇਸ਼ਰ ਉਹਦਾ ਹਿਰਦਾ ਬਦਲੇ ਅੱਗੇ ਬਦਲੇਗਾ। ਐਸਾ ਹੁਣ ਕਿਸੇ ਬੰਦੇ ਦਾ ਗੁਰੂ ਸਾਹਿਬ ਵੱਲੋਂ ਗੁਰਸਿੱਖਾਂ ਵਾਲਾ ਪਾਇਆ ਹੋਇਆ ਬੰਦੇ ਦਾ ਉਹ ਟੋਟਾਂ ਦਾ ਜਿਹੜਾ ਬਾਣਾ ਸੀ ਉਹ ਇੱਕ ਭੇਖ ਵਰਗਾ ਸੀ, ਵੀ ਅਸੀਂ ਸਿਰਫ ਠੱਗਣਾ ਆ। ਪਰ ਉਹਨਾਂ ਦਾ ਉਹ ਬਣਾਇਆ ਹੋਇਆ ਭੇਖ ਉਹਨਾਂ ਨੂੰ ਧਰਮੀ ਬਣਾ ਗਿਆ, ਉਹਨਾਂ ਨੂੰ ਜੀਵਨ ਵਾਲੇ ਕਿਰਦਾਰ ਵਾਲੇ ਬਣਾ ਗਿਆ। ਭੇਖ ਤੇ ਉਹਨਾਂ ਲੋਕਾਂ ਦਾ ਹੁੰਦਾ ਹੈ ਜਿਹਨਾਂ ਲੋਕਾਂ ਨੇ ਧਰਮ ਦੇ ਨਾਂ ਤੇ ਕੁਝ ਵਪਾਰ ਕਰਨਾ ਹੈ, ਠੱਗੀ ਕਰਨੀ ਹੈ, ਬੇਈਮਾਨੀ ਕਰਨੀ ਹੈ, ਭੇਖ ਤੇ ਉਹਨਾਂ ਲੋਕਾਂ ਦਾ ਹੈ। ਤੇ ਜਿਹਨਾਂ ਨੇ ਪਰਮੇਸ਼ਰ ਦੇ ਨਾਲ ਜੁੜ ਜਾਣਾ ਉਹਨਾਂ ਦੇ ਤੇ ਬਾਣਾ ਹੈ, ਲਿਬਾਸ ਹੈ ਪਿਆਰਾ ਪਰਮੇਸ਼ਰ ਦੇ ਪਿਆਰ ਵਾਲਾ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮੇਰੇ ਮਾਲਕ ਤੇਰਾ ਆਪਣਾ ਕੋਈ ਇੱਕ ਭੇਖ ਨਹੀਂ ਹੈ, ਤੂੰ ਅਭੇਖ ਹੈ, ਭੇਖ ਰਹਿਤ ਹੈ, ਤੇਰਾ ਸਰੀਰ ਹੀ ਕੋਈ ਨਹੀਂ, ਸਰੀਰ ਦੇ ਤੇ ਬਾਣਾ ਪਹਿਨਣਾ ਹੈ, ਸਰੀਰ ਆਪਣਾ ਕੋਈ ਨਹੀਂ। ਤੇ ਹੇ ਮੇਰੇ ਮਾਲਕ ਸੱਚੇ ਪਾਤਸ਼ਾਹ ਜੀਓ, ਜਦ ਤੇਰਾ ਕੋਈ ਆਪਣਾ ਸਰੀਰ ਨਹੀਂ ਤੇਰਾ ਆਪਣਾ, ਫਿਰ ਲਿਬਾਸ ਆਪਣਾ ਤੇਰਾ ਭੇਖ ਕਿਵੇਂ ਹੋ ਸਕਦਾ ਹੈ? ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਤੂੰ ਅਭੇਖ ਹੈ, ਅਲੇਖ ਹੈ, ਜਿਹੜਾ ਅਲੇਖ ਮੈਨ ਜਿਹੜਾ ਚਿੱਤਰ ਵਿੱਚ ਨਾ ਆਇਆ ਜਾ ਸਕੇ, ਜਾਂ ਕੋਈ ਚਿੱਤਰ ਨਾ ਬਣਾਇਆ ਜਾ ਸਕੇ ਕਿਸੇ ਵੀ ਤਰ੍ਹਾਂ ਦਾ, ਆ ਭਰਮ ਹੈ। ਹੇ ਮੇਰੇ ਮਾਲਕ ਸੱਚੇ ਪਾਤਸ਼ਾਹ, ਤੈਨੂੰ ਕਿਸੇ ਤਰ੍ਹਾਂ ਦਾ ਕੋਈ ਭਰਮ ਨਹੀਂ ਹੈ, ਤੂੰ ਭਰਮ ਰਹਿਤ ਹੈ। ਆ ਕਰਮ ਹੈ, ਤੈਨੂੰ ਕਿਸੇ ਖਾਸ ਧਾਰਮਿਕ ਰਸਮਾਂ ਦੀ ਲੋੜ ਨਹੀਂ। ਆ ਕਰਮ ਸ਼ਬਦ ਹੈ। ਹੁਣ ਕੋਈ ਆਖੇ ਮੈਂ ਤੇ ਭਾਈ ਤੀਰਥਾਂ ਤੇ ਨਹਾਉਣਾ ਤੇ ਰੱਬ ਮਿਲ ਜਾਏਗਾ, ਕੋਈ ਆਖੇ ਲੰਮੀਆਂ ਜਟਾਵਾਂ ਬਣਾਉਣਾ ਹੈ ਤੇ ਸ਼ਾਇਦ ਰੱਬ ਮਿਲ ਜਾਏਗਾ, ਤੇ ਕੋਈ ਇਹ ਗੱਲ ਕਹੇ ਵੀ ਤਨ ਉੱਤੇ ਸਵਾਹ ਮਲ ਲਵਾਂ ਸ਼ਾਇਦ ਰੱਬ ਮਿਲ ਜਾਏਗਾ। ਭਾਈ ਸਾਹਿਬ ਭਾਈ ਗੁਰਦਾਸ ਦੀ ਵਾਰ ਸੁਣੋਗੇ ਨਾ, ਤੇ ਉਹਨਾਂ ਨੇ ਇਸ ਚੀਜ਼ ਨੂੰ ਆਖਿਆ ਵੀ ਇਹੋ ਜਿਹੇ ਧਾਰਮਿਕ ਕਰਮ ਪਰਮਾਤਮਾ ਨੂੰ ਪਸੰਦ ਕੋਈ ਨਹੀਂ। ਉਹਨਾਂ ਸ਼ਬਦ ਵਰਤਿਆ ਮਿਲੇ ਜੇ ਤੀਰਥ ਨਾਤਿਆਂ ਡੱਡਾ ਜਲਵਾਸੀ, ਜੇ ਤੀਰਥ ਨਾਤਿਆਂ ਹੀ ਰੱਬ ਮਿਲਦਾ ਤੇ ਡੱਡੂ ਨੂੰ ਮਿਲ ਜਾਣਾ ਸੀ। ਭਾਈ ਗੁਰਦਾਸ ਕਹਿੰਦੇ ਮਿਲੇ ਜੇ ਤੀਰਥ ਨਾਤਿਆਂ ਡੱਡਾ ਜਲਵਾਸੀ, ਵਾਲ ਵਧਾਇਆ ਜੇ ਮਿਲੇ ਬਟ ਚਟਾ ਪਲਾਸੀ, ਜੇ ਲੰਮੀਆਂ ਲੰਮੀਆਂ ਜਟਾਵਾਂ ਬਣਾਉਣਾ ਰੱਬ ਮਿਲਦਾ ਹੁੰਦਾ ਤੇ ਬੋਰਡ ਦੀਆਂ ਕਹਿੰਦੇ ਜੜ੍ਹਾਂ ਉੱਪਰਲੀ ਟਾਹਣੀ ਤੋਂ ਲੈ ਕੇ ਤੇ ਹੇਠਾਂ ਤੱਕ ਲਮਕੀਆਂ ਆਉਂਦੀਆਂ ਨੇ, ਬਟ ਜਟਾ ਪਲਾਸੀ। ਫਿਰ ਕਹਿ ਭਸਮ ਲਾਏ ਜੇ ਪਾਈਏ ਖਰ ਖੇ ਨਿਵਾਸੀ, ਜੇ ਸਵਾਹ ਮਲਿਆ ਰੱਬ ਮਿਲਦਾ ਤੇ ਗਧਾ ਤੇ ਉਹ ਮਿੱਟੀ 'ਚ ਲੇਟਦਾ, ਜੇ ਪਾਈਏ ਚੁੱਪ ਕੀਤਿਆਂ ਪਸ਼ੂਆ ਜੜ ਹਾਸੀ, ਜੇ ਚੁੱਪ ਕੀਤਿਆਂ ਰੱਬ ਮਿਲਦਾ ਮੋਣ ਧਾਰੀ ਹੋਇਆ ਰੱਬ ਮਿਲਦਾ ਤੇ ਪਸ਼ੂ ਕਿਹੜਾ ਬੋਲਦੇ ਨੇ। ਤੇ ਫਿਰ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਹਨ ਨੰਗੇ ਰਹਿਆਂ ਜੇ ਮਿਲੇ ਵਣ ਮਿਰਗ ਉਦਾਸੀ, ਜੇ ਕੋਈ ਆਖੇ ਤਨ ਤੇ ਬਸਤਰ ਨਹੀਂ ਪਾਉਣਾ ਨਗਨ ਰਹਿਣਾ ਤੇ ਪਸ਼ੂ ਕਿਹੜਾ ਬਸਤਰ ਪਹਿਣਦੇ ਹਨ। ਇਹ ਸਾਰੀਆਂ ਗੱਲਾਂ ਦਲੀਲਾਂ ਦੇ ਕੇ ਭਾਈ ਸਾਹਿਬ ਭਾਈ ਗੁਰਦਾਸ ਨੇ ਸਮਝਾ ਦਿੱਤਾ ਹੈ ਕਿ ਇਹ ਤਾਂ ਭਾਈ ਗੁਰਬਿਨ ਮੁਕਤ ਨਾ ਹੋਵੇ, ਗੁਰ ਮਿਲੇ ਖਲਾਸੀ, ਗੁਰੂ ਮਿਲਦਾ ਤੇ ਜੀਵਨ ਦੀ ਖਲਾਸੀ ਤਾਂ ਹੈ, ਨਹੀਂ ਸਭ ਕੁਛ ਵਿਖਾਵਾ ਹੈ। ਇਹ ਧਾਰਮਿਕ ਰਸਮਾਂ ਰੱਬ ਨੂੰ ਪਸੰਦ ਨਹੀਂ ਵੀ ਰੱਬ ਤੁਸੀਂ ਆਖੋ ਵੀ ਇਹਨੂੰ ਉਹ ਲੰਮੀਆਂ ਲੰਮੀਆਂ ਜਟਾਵਾਂ ਬਣਾਓ ਤੇ ਜਾਂ ਕੋਈ ਬਿਲਕੁਲ ਰੁੰਡ ਮੁੰਡ ਸਿਰ ਕਰ ਦਵੋ ਤੇ ਰੱਬ ਖੁਸ਼ ਹੋ ਜਾਵੇ। ਕਹਿੰਦੇ ਨਹੀਂ, ਉਹ ਇਹੋ ਜਿਹੇ ਧਾਰਮਿਕ ਰਸਮਾਂ ਉੱਤੇ ਖੁਸ਼ ਨਹੀਂ ਹੁੰਦਾ, ਇਹ ਤਾਂ ਬੰਦੇ ਦੀਆਂ ਬਣਾਈਆਂ ਹੋਈਆਂ ਰਸਮਾਂ ਹਨ, ਉਹ ਤਾਂ ਹਿਰਦੇ ਦਾ ਪਿਆਰ ਵੇਖਦਾ ਹੈ। ਆ ਕਰਮ ਹੈ, ਅਨਾਦ ਹੈ, ਜਿਸ ਪਰਮੇਸ਼ਰ ਦਾ ਕੋਈ ਆਦ ਨਹੀਂ, ਸ਼ੁਰੂ ਤੋਂ ਸ਼ੁਰੂ ਨਹੀਂ ਹੈ, ਜੋਗਾਦ ਹੈ, ਜਿਹੜਾ ਯੁੱਗਾਂ ਤੋਂ ਵਰਤਦਾ ਆ ਰਿਹਾ ਹੈ ਪਰਮੇਸ਼ਰ ਵਾਹਿਗੁਰੂ। ਅਜੈ ਹੈ,
अजायमेंट जिहड़ा जितया ना जा सके। कोई किड्डा भी बहादुर बन जाए आखे मैं कई जंगा जितियां, जिवें सिकंदर दी सोच, इब्राहिम दी सोच, और इस तो इलावा चंगेज खां, बाबर वर्गे, इब्राहिम लोधी वर्गे, पता नहीं किन्ने कु सन संसार ते, नादर शाह भी सोच के आया, अबदाली भी सोच के आया सी भी दुनिया ते राज करांगे, पर सब खत्म हो गए। पर परमेश्वर ऐसा जिदे नाल कोई जंग नहीं कर सकता, क्योंकि वह है ही अजित, उन्हूं कोई जितन वाला है ही नहीं। गुरु गोबिंद सिंह साहब सच्चे पातशाह नाल भी जो जंगा होईयां ना, तो गरीब नवाज दियां 14 जंगा सी, एक भी जंग नहीं हारी। तो जिन्होंने जंगा कीतियां वह बार बार मार खांदे रहे, तो सोचते सी जो गुरु गोबिंद सिंह साहब नूं असीं हरा देंगे, वह दिन असी गुरु गोबिंद सिंह साहब उत्ते भारी पै जावांगे, पर खुद आप हार हार के चले जाते रहे, पर मेरे मालक नू हरा ना सके, क्योंकि वह अजय है, आजित है, जिहड़ा कदे हारदा नहीं है। एक बड़े प्यारे शब्द सवैये विच बड़े प्यारे पटाने वरते हैं, कहिंदे एक मेरा गुरु ऐसा है जिहड़ा अजय है। उदाहरण बड़ी प्यारी है भी जिहड़ी गंगा ही ना, गंगा जिहड़ी वगदी है नदी, जिस जिस बंदे दा गंगा दे इलाके विच जां उसकी रियासत विच राज होया, जिस राजे दा, जिस भी हाकम दा, उन्हें आख्या भी ये गंगा हुण मेरी है। जिन्हें गंगा दे इलाके जां गंगा जां जमुना जां आदिक नदियां उत्ते जिन्हें जिन्हें राज कीता, उन्हां ये दावे कीते भी हुण ये गंगा उत्ते साडा राज, जमुना ते साडा राज, सरस्वती साडा राज, हर बंदे दावा करन लगे। पर एक गंगा ऐसी है जिहदा जिक्र भट्ट साहिबान करदे, कहिंदे भी ये गंगा इदां दी है जिहड़ी कदे जित्ती नहीं जा सकती, पर यह गंगा गुरु अर्जन देव साहिब दे चरणां च वहिंदी है। हुण कहा अजय गंग जल, ये वो गंगा जिहदा जल सदा ही अजय है, जिहदा जित्तिया नहीं जाएगा। अजय गंग जल अटल, सिख संगत सब नावै, नित पुराण बांचिए वेद ब्रह्मा मुख गावै, अजय चवर सिर ढुलै, नाम अमृत मुख लियो, गुर अर्जन सिर छतर आप परमेश्वर दियो। हुण कहा गुरु साहब के सीस उत्ते झुलदा होया चवर भी अजय है, उन्होंने चरणों में वहिंदी हुई गंगा भी अजय है, ते गंगा नूं ते पहाड़ पानी देंदे, पहाड़ पानी ना देन सुक जाएगी। हाकम आके राज कर लवे, वह आखेगा मेरा राज है, गंगा मेरी है, पर परमेश्वर ने बख्शिश दी गंगा एक परमेश्वर गुरु अर्जन साहब के चरणों में ऐसी वहाई जिहदा पानी बख्शिश का कदे सुकेगा नहीं। वह चवर जिहड़ा सीस ते झुलदा है कदे भी खत्म नहीं होएगा। फिर पातशाह कहे क्यों, क्योंकि मेरे मालिक पातशाह तू अजय है, तू जितया नहीं जाएगा, अभय है, तू नाश रहत है, तू कदे नाश नहीं होएगा, अभूत है, तत्ता तू रहत है, परमेश्वर तू अतूत है, जिहड़ा कदे हिलेगा नहीं, जिहड़ा कदे किसी तरीके दे नाल एक तो दूजी थां हिलाया नहीं जा सकता। भाव यह नहीं आखेगा परमात्मा अज इत्थे आ ते अज उत्थे आ ते मुड़ के परसों इत्थे नहीं होएगा, वह हर थां ते है, उन्हूं अपनी थां तो कदे कोई हिला नहीं सकता। अनास है, कदे नाश नहीं होएगा, उदास है, उपराम है, तू संसार दी सारी माया रची है, माया दे विच रह के तू उपराम रह रहा है, ये तू रह निरलेप रह रहा है, ये वेखो किदा जिदा वो मान लो भी सतगुरु पातशाह जी दे कोल अकबर आउंदा है ते कहिंदा भी तुहानू माया देनी है। गुरु अमरदास पातशाह कहिंदे कादे वास्ते, कहिंदे लंगर दा प्रबंध चलदा रहे है। गुरु पातशाह कहिंदे भी तेरियां जगीरां दे करके लंगर नहीं चलदा, इत्थे ते गुरु की संगत करके चलदा है, परमेश्वर की कृपा नाल चलदा है, चलदा रहेगा। अकबर ने बड़ी वड्डी भेटा देनी चाहिए है, गुरु अमरदास पातशाह कहिंदे मैं ते मंगी नहीं, जे तेरा जी करदा तू जिद करदा है कि मैं देनी ओ देनी भेटा, तो जिहदे नाम तेरा जी करदा दे दे। उन्होंने जिक्रयोग है कि बीबी भानी जी के नाम से कई पिंड कर दते सीगे,
ਇਵੇਂ ਕਰਕੇ ਜਗੀਰ ਉਹਨਾਂ ਨੇ ਦਿੱਤੀ ਹੈ ਸਿਰਫ ਇੱਕ ਭੇਟਾ ਵਜੋਂ। ਇਸ ਕਰਕੇ ਨਹੀਂ ਵੀ ਸਾਡਾ ਪ੍ਰਬੰਧ ਰੁਕ ਗਿਆ। ਉਹ ਮਾਇਆ ਦੇ ਵਿੱਚ ਆ, ਮਾਇਆ ਉਹਨਾਂ ਕੋਲ ਬੇਅੰਤ ਆ ਰਹੀ ਹੈ, ਪਰ ਮਾਇਆ ਉਹਨਾਂ ਦੀ ਸੁਰਤ ਨਹੀਂ ਭੁਲਾ ਰਹੀ। ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਮਾਇਆ ਬੇਅੰਤ ਆ ਕੇ ਢੇਰ ਲਾਉਂਦੀ ਹੈ, ਪਰ ਮਾਇਆ 'ਚ ਗੁਰੂ ਰਾਮਦਾਸ ਪਾਤਸ਼ਾਹ ਤਾਂ ਖਚਤ ਨਹੀਂ ਹੁੰਦੇ। ਖਚਤ ਹੁੰਦਾ ਹੈ ਤੇ ਪ੍ਰਿਥੀ ਚੰਦ ਹੁੰਦਾ ਹੈ, ਧੀਰ ਮੱਲ ਹੁੰਦਾ ਹੈ, ਰਾਮ ਰਾਏ ਹੁੰਦਾ ਹੈ। ਇਹਨਾਂ ਨੂੰ ਮਾਇਆ ਦਿਸੀ ਨਹੀਂ ਤੇ ਇਹ ਪਾਗਲ ਹੋਏ ਨਹੀਂ ਸਨ। ਇੱਕ ਬੜੀ ਪਿਆਰੀ ਉਦਾਹਰਨ ਹੈ। ਇੱਕ ਦਿਨ ਬਾਬਾ ਮੋਹਰੀ ਜੀ ਜਿਹੜੇ ਸੀ ਨਾ, ਮਾਫ਼ ਕਰਨਾ, ਬਾਬਾ ਮੋਹਨ ਜੀ ਜਿਹੜੇ ਸੀ, ਬਾਬਾ ਮੋਹਨ ਜੀ ਅਤੇ ਬਾਬਾ ਮੋਹਰੀ ਜੀ ਗੁਰੂ ਅਮਰਦਾਸ ਸਾਹਿਬ ਦੋਨੋਂ ਪੁੱਤਰ ਨੇ। ਮੋਹਨ ਵੀ ਸੰਗਤ ਵਿੱਚ ਆਉਂਦਾ ਸੀ ਅਤੇ ਮੋਹਰੀ ਜੀ ਵੀ ਸੰਗਤ ਵਿੱਚ ਆਉਂਦੇ ਸਨ। ਇੱਕ ਦਿਨ ਬਾਬਾ ਮੋਹਰੀ ਜੀ ਸੰਗਤ ਵਿੱਚ ਨਾ ਆਏ ਅਤੇ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਨੂੰ ਘਰੇ ਮਿਲੇ ਨਾ, ਅਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਪੁੱਛਿਆ, ਪੁੱਤਰ ਕਿ ਅੱਜ ਸੰਗਤ ਵਿੱਚ ਨਹੀਂ ਆਏ, ਕੀ ਗੱਲ, ਹੱਥ ਕਿਉਂ ਕਾਲੇ ਕੀਤੇ ਹੋਏ ਨੇ, ਇਹ ਵੀ ਕੀ ਹੋਊਗਾ, ਪੁੱਛਦੇ ਗੁਰੂ ਸਾਹਿਬ ਜੀ ਕੀ ਗੱਲ ਹੋਈ। ਬਾਬੇ ਮੋਹਰੀ ਨੇ ਆਖਿਆ, ਪਿਤਾ ਗੁਰੂ ਜੀ, ਮੈਂ ਅੱਜ ਮਾਇਆ ਗਿਣਦਾ ਸੀ ਅਤੇ ਮੇਰਾ ਸਮਾਂ ਨਹੀਂ ਲੱਗਾ, ਦੂਜੀ ਗੱਲ ਮੇਰਾ ਤਾਂ ਕਰਕੇ ਸੰਗਤ ਅੱਜ ਤੁਸੀਂ ਹੱਥ ਪੁੱਛਦੇ ਹੋ ਹੱਥ ਕਾਲੇ ਕਿਉਂ ਹੋਏ, ਅਤੇ ਇਹ ਸਿੱਕੇ ਗਿਣ ਗਿਣ ਕੇ ਜਿਹੜੇ ਸੀਗੇ ਉਹ ਹੱਥ ਕਾਲੇ ਤਾਂ ਹੋਏ। ਗੁਰੂ ਅਮਰਦਾਸ ਪਾਤਸ਼ਾਹ ਨੇ ਬੜੇ ਤਰੀਕੇ ਨਾਲ ਸਮਝਾਇਆ, ਪੁੱਤਰ ਵੇਖ ਤੇਰੇ ਹੱਥ ਉਸ ਮਾਇਆ ਨੇ ਕਾਲੇ ਕੀਤੇ ਹੈ, ਜੇ ਉਹ ਮਾਇਆ ਹੱਥ ਕਾਲਾ ਕਰ ਸਕਦੀ ਹੈ ਤੇ ਇਹ ਇਤੋਂ ਇਹਦੇ ਵਿੱਚ ਫਸਿਆ ਇਹ ਮਨ ਵੀ ਕਾਲਾ ਕਰ ਦਿੰਦੀ ਹੈ। ਇਸ ਕਰਕੇ ਇਸ ਮਾਇਆ ਦੇ ਪ੍ਰਭਾਵ ਤੋਂ, ਮਾਇਆ ਦੀ ਕਾਲਕ ਤੋਂ ਬਚਣ ਵਾਸਤੇ ਸੰਗਤ ਜ਼ਰੂਰ ਕਰਨੀ ਹੈ। ਜੇ ਮਾਇਆ ਹੱਥ ਕਾਲੇ ਕਰ ਸਕਦੀ ਹੈ ਤੇ ਮਨ ਮੈਲਾ ਵੀ, ਐਸਾ ਨਹੀਂ ਸੀ ਗੁਰੂ ਅਮਰਦਾਸ ਕਹਿ ਰਹੇ ਵੀ ਤੂੰ ਮਾਇਆ ਛੱਡ ਦੀ, ਤੂੰ ਸੰਗਤ ਕਰਿਆ ਕਰ ਤੇ ਮਾਇਆ ਤੂੰ ਹੱਥ ਨਾ ਲਾਈ, ਕਿਉਂਕਿ ਗੁਜ਼ਰਾਨ ਹੈ, ਇਸ ਤੋਂ ਬਿਨਾਂ ਗੁਜ਼ਾਰਾ ਵੀ ਨਹੀਂ ਸੀਗਾ। ਪਰ ਦੱਸ ਰਹੇ ਨੇ ਵੀ ਇਹ ਇਸ ਮਾਇਆ ਦੇ ਮਗਰ ਲੱਗ ਕੇ ਸਤ ਸੰਗਤ ਭੁਲਾ ਦੇਣੀ, ਮਾਇਆ ਦੇ ਮਗਰ ਲੱਗ ਕੇ ਆਪਣਾ ਨੇਮ ਤੋੜ ਦੇਣਾ, ਸਮਝ ਲੈਣਾ ਇਹ ਮਾਇਆ ਕਾਲ ਖਿਲਾ ਰਹੀ ਹੈ, ਮਨ ਮੈਲਾ ਕਰ ਰਹੀ ਹੈ। ਆਪਣੇ ਆਪ ਵਿੱਚ ਗੁਰੂ ਪਾਤਸ਼ਾਹ ਕਹਿ ਰਹੇ ਨੇ ਤੁਸੀਂ ਗੁਰਸਿੱਖ ਜੋਗੀ ਜਾਗਦੇ ਮਾਇਆ ਦੇ ਵਿੱਚ ਰਹਿਣ ਉਦਾਸੀ ਵਾਲੇ, ਐਸੇ ਗੁਰਸਿੱਖ ਬਾਨਾ ਹੈ ਨਿਰਲੇਪ। ਸਭ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਮੇਰੇ ਮਾਲ ਗੁਰੂ ਅਮਰਦਾਸ ਨੇ ਸਮਝਾਇਆ ਪਾਤਸ਼ਾਹ ਨੇ ਬਾਬਾ ਮੋਹਰੀ ਜੀ, ਬਾਬਾ ਮੋਹਰੀ ਜੀ ਹੁਣੀ ਐਸੇ ਸਮਝੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਝੁਕੇ ਵੀ ਉਹ, ਤਾਂ ਹੀ ਤੇ ਬਚਨ ਕੀਤਾ ਨਾ ਬਾਬਾ ਸੁੰਦਰ ਜੀ ਉਹਨਾਂ ਨੇ ਵੀ ਮੋਹਰੀ ਪੁੱਤ ਸਨਮੁਖ ਹੋਵਾ ਰਾਮਦਾਸ ਹੈ ਪੈਰੀ ਪਾਏ ਜੀਓ। ਜਾਚ ਆ ਗਈ ਜ਼ਿੰਦਗੀ ਜਿਉਣ ਦੀ, ਰਹਿਣਾ ਕਿੱਦਾਂ ਆ, ਸਿੱਖਣ ਦੀ ਜਾਚ ਆ ਗਈ। ਸਤਿਗੁਰੂ ਕਹਿੰਦੇ ਮੇਰੇ ਮਾਲਕ ਤੂੰ ਉਦਾਸ ਹੈ, ਤੂੰ ਉਪਰਾਮ ਹੈ, ਅਤੰਦ ਹੈ, ਤੈਨੂੰ ਕਿਸੇ ਤਰੀਕੇ ਦੇ ਨਾਲ ਕੋਈ ਝਮੇਲਾ ਨਹੀਂ ਸੰਸਾਰ ਦਾ, ਅਬੰਧ ਹੈ, ਤੂੰ ਬੰਧਨਾਂ ਤੋਂ ਆਜ਼ਾਦ ਹੈ, ਅਭਗਤ ਹੈ, ਨਿਰਮੋਹ ਹੈ, ਮਾਇਆ ਦੇ ਨਿਰਮੋਹ ਆਪਾਂ ਹੁਣੇ ਵਿਚਾਰ ਕਰ ਚੁੱਕੇ ਹਾਂ। ਨਿਰਮੋਹ ਪਰਮੇਸ਼ਰ ਜਿਹੜਾ ਆ ਉਹਨੂੰ, ਇੱਕ ਉਦਾਹਰਨ ਤੁਹਾਨੂੰ ਦੱਸ ਦਿੰਦਾ ਮੈਂ, ਇੱਕ ਚੀਜ਼ ਮੋਹ ਹੈ ਤੇ ਇੱਕ ਚੀਜ਼ ਪਿਆਰ ਹੈ, ਫਰਕ ਵੇਖਿਓ ਕੀ ਹੈ। ਚਮਕੌਰ ਸਾਹਿਬ ਦੀ ਗੜੀ ਦੇ ਬਾਹਰ ਸਾਹਿਬਜ਼ਾਦੇ ਸ਼ਹੀਦ ਪਏ, ਭਾਈ ਦਇਆ ਸਿੰਘ ਨੇ ਆਖਿਆ ਮੇਰੇ ਮਾਲਕ ਜੀ ਕਰਦਾ ਕਿ ਇਹਨਾਂ ਉੱਪਰ ਕੱਪੜਾ ਪਾ ਦਿਆਂ, ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਜੇ ਪਾਉਣਾ ਹੈ ਤੇ ਸਾਰਿਆਂ ਤੇ ਪਾ, ਜੇ ਤੇ ਇੱਕ ਤੇ ਵੀ ਨਾ ਪਾ, ਰਹਿਣ ਦੇ। ਭਾਈ ਦਇਆ ਸਿੰਘ ਦੇ ਹਿਰਦੇ ਵਿੱਚ ਮੋਹ ਜਾਗ ਪਿਆ ਸਾਹਿਬਜ਼ਾਦਿਆਂ ਪ੍ਰਤੀ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪਿਆਰ ਹੈ ਸਾਰਿਆਂ ਨਾਲ। ਮੋਹ ਕਹਿੰਦਾ ਇੱਕ ਨੂੰ ਬਚਾਈਏ, ਇੱਕ ਨੂੰ ਢੱਕੀਏ, ਇੱਕ ਨੂੰ ਸਾਂਭੀਏ, ਮੋਹ ਇਹ ਸੋਚਦਾ ਹੈ, ਪਿਆਰ ਆਂਦਾ ਨਹੀਂ ਸਾਰੇ ਸਾਹਿਬਜ਼ਾਦੇ ਨੇ ਮੇਰੇ, ਫਰਕ ਇੰਨਾ ਹੈ। ਪਿਆਰ ਕਹਿੰਦਾ ਵੀ ਅੱਗੇ ਚੱਲੀਏ, ਇਹਨਾਂ ਦੀ ਮੰਜ਼ਿਲ ਆ ਗਈ, ਆਪਣਾ ਸਮਾਂ ਅੱਗੇ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿ ਰਹੇ ਸਮਝਾ ਰਹੇ ਨੇ ਕਿ ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ ਇਹ ਵਿਚਾਰ ਦੱਸੀ ਹੈ ਵੀ ਉਹ ਅਭਗਤ ਹੈ,
ਉਹ ਪਰਮਾਤਮਾ ਜੇ ਨਿਰਮੋਹ ਹੈ ਤੇ ਮੇਰਾ ਮਾਲਕ ਵੀ ਉਸੇ ਦੇ ਗੁਣ ਧਾਰਨ ਕਰਦਾ ਹੈ। ਬੇਰਕਤ ਹੈ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਜਿਹੜਾ ਸੰਸਾਰਕ ਪਦਾਰਥਾਂ ਦੀ ਖਿੱਚ ਤੋਂ ਉੱਤੇ ਹੈ, ਸੰਸਾਰਕ ਪਦਾਰਥ ਨੂੰ ਖਿੱਚ ਨਹੀਂ ਪਾਉਂਦੇ। ਬੇਰਕਤ ਹੈ, ਅਨਾਸ ਹੈ, ਕਦੇ ਨਾਸ਼ ਨਹੀਂ ਹੋਏਗਾ, ਪ੍ਰਕਾਸ਼ ਹੈ ਤੇਰਾ ਪਖ, ਤੇਰਾ ਪ੍ਰਕਾਸ਼ ਹਰ ਵੇਲੇ ਸੰਸਾਰ ਤੇ ਰਹੇਗਾ। ਨਿਚਿੰਤ ਹੈ, ਤੂੰ ਚਿੰਤਾ ਰਹਿਤ, ਤੈਨੂੰ ਕੋਈ ਨਹੀਂ ਚਿੰਤਾ, ਤੇਰੇ ਬੰਦੇ ਚਿੰਤਾ ਕਰਦੇ ਹਨ ਹੇ ਵਾਹਿਗੁਰੂ ਜੀ, ਸੰਸਾਰ ਦੇ ਲੋਕ ਚਿੰਤਾ ਕਰਦੇ ਹਨ, ਪਰ ਜਿਹੜਾ ਮੇਰਾ ਮਾਲਕ ਨਿਚਿੰਤ ਹੈ ਉਹ ਸਮਝਾ ਵੀ ਇਹੋ ਰਿਹਾ, ਨਾ ਕਰ ਚਿੰਤ ਚਿੰਤਾ ਹੈ ਕਰਤੇ, ਹਰ ਦੇਵੈ ਜਲ ਥਲ ਜਨਤਾ ਸਭ ਤੇ, ਗੁਰੂ ਪਾਤਸ਼ਾਹ ਸਮਝਾ ਰਿਹਾ ਨਾ ਚਿੰਤਾ ਕਰਿਆ ਕਰ। ਇਸ ਕਰਕੇ ਹਜ਼ੂਰ ਕਹਿੰਦੇ ਹਨ ਨਿਚਿੰਤ ਹੈ, ਸੁਨਿੰਤ ਹੈ ਉਹ ਵਾਹਿਗੁਰੂ ਜਿਹੜਾ ਸੁਨਿੰਤ ਮੈਨੇ ਸਦਾ ਕਾਇਮ ਰਹਿਣ ਵਾਲਾ ਅਲਿਖ ਹੈ, ਜਿਹੜਾ ਕਿਸੇ ਵੀ ਚਿੱਤਰ ਦੇ ਵਿੱਚ ਨਹੀਂ ਬਿਆਨ ਹੋਵੇਗਾ, ਅਦੇਖ ਹੈ ਜਿਹੜਾ ਦੇਖਿਆ ਨਾ ਜਾ ਸਕੇ, ਅਲੇਖ ਹੈ, ਅਭੇਖ ਹੈ, ਅਟਾਹ ਹੈ, ਅਗਾਹ ਹੈ। ਅਰਥ ਆਪਾਂ ਪਿੱਛੇ ਕਰ ਆਏ, ਸੰਖੇਪ ਅਰਥ ਕਰਾਂਗੇ। ਹੇ ਪਰਮਾਤਮਾ, ਤੂੰ ਕਦੇ ਚਿੱਤਰ ਵਿੱਚ ਨਹੀਂ ਆਉਂਦਾ, ਤੇਰਾ ਕੋਈ ਇੱਕ ਭੇਖ ਨਹੀਂ ਹੈ, ਤੂੰ ਕਦੇ ਢਾਇਆ ਨਹੀਂ, ਡਿੱਗਿਆ ਨਹੀਂ ਜਾ ਸਕਦਾ, ਤੂੰ ਅਗਾਹ ਹੈ, ਤੇਰਾ ਕੋਈ ਅਥਾਹ ਨਹੀਂ, ਪਾਰਾਵਾਰ ਨਹੀਂ। ਅਸੰਭ ਹੈ, ਤੂੰ ਆਪਣੇ ਆਪ ਤੋਂ ਪੈਦਾ ਹੋਇਆ ਸਹਿਬੰਗ ਹੈ। ਹੇ ਪਰਮੇਸ਼ਰ, ਜੋ ਵਿਚਾਰਾਂ ਦੀ ਹੋਂਦ ਵਿੱਚ ਨਾ ਆਵੇ, ਬੰਦਾ ਕਿੰਨਾ ਵੀ ਕੋਈ ਕਥਨ ਕਰ ਲਵੇ, ਗੁਰੂ ਨਾਨਕ ਸਾਹਿਬ ਨੇ ਤੇ ਆਖਿਆ ਹੈ ਰੱਬ ਦੇ ਗੁਣਾਂ ਨੂੰ ਕਥਨ ਕਰਨ ਵਾਲੇ ਕਈ ਮਰ ਗਏ ਨੇ, ਕਈ ਚੜ੍ਹਾਈ ਕਰ ਗਏ ਨੇ, ਕਈਆਂ ਦੀਆਂ ਲਫ਼ਜ਼ਾਂ ਵਿੱਚੋਂ ਅੱਖਰ ਸ਼ਬਦ ਗਿਆਨ ਮੁੱਕ ਗਿਆ ਹੈ, ਪਰ ਪਰਮੇਸ਼ਰ ਬਾਰੇ ਉਹ ਕੁਛ ਫਿਰ ਵੀ ਨਹੀਂ ਬਿਆਨ ਕਰ ਸਕੇ। ਕਥ ਕਥ ਕਥੀ ਕੋਟੀ ਕੋਟ ਕੋਟ, ਕਰੋੜਾਂ ਤੋਂ ਕਰੋੜਾਂ ਹੀ ਕਥੀ ਜਾ ਰਹੇ ਨੇ ਰੱਬ ਬਾਰੇ, ਪਰ ਇਹ ਨਹੀਂ ਕੋਈ ਦਾਅਵਾ ਕਰ ਰਿਹਾ ਵੀ ਜਿੰਨਾ ਮੈਂ ਕਥ ਦਿੱਤਾ ਹੈ ਇਹੀ ਆਖਰੀ ਹੈ ਤੇ ਇਸ ਤੋਂ ਗਾਂਹ ਹੈ ਨਹੀਂ। ਬੜੇ ਹਨ ਕਥਨ ਵਾਲੇ ਤੇ ਬੜੇ ਕਥ ਕੇ ਚਲੇ ਗਏ। ਗਰੀਬ ਨਵਾਜ ਪਾਤਸ਼ਾਹ ਤਾਂ ਕਹਿੰਦੇ ਮੇਰੇ ਮਾਲਕ ਤੂੰ ਅਸੰਭ ਹੈ, ਤੂੰ ਕਦੇ ਵਿਚਾਰ ਵਿੱਚ ਨਾ ਆਵੇ। ਅਗੰਭ ਹੈ, ਅਗੰਭ ਸ਼ਬਦ ਦਾ ਅਰਥ ਵੀ ਇਹੀ ਹੈ ਵੀ ਜੋ ਜਿਸ ਤੱਕ ਬੰਦੇ ਦੇ ਵਿਚਾਰਾਂ ਦੀ ਪਹੁੰਚ ਨਾ ਜਾ ਸਕੇ। ਅੰਦਾਜ਼ਾ ਹੀ ਲਾ ਲੈਂਦਾ ਨਾ ਵੀ ਰੱਬ ਐਡਾ ਕੋ ਵੱਡਾ, ਪਰ ਉਹਦਾ ਅੰਦਾਜ਼ਾ ਹੀ ਹੈ, ਪਰ ਦਾਅਵਾ ਕਦੇ ਨਹੀਂ, ਕਿਉਂਕਿ ਉਹਦੀ ਵਿਚਾਰ ਹੋਣ ਸਮਝ ਤੋਂ ਪਰੇ ਹੈ। ਪਰਮੇਸ਼ਰ ਐਸਾ ਹੈ, ਅਨੀਲ ਹੈ, ਅਨਾਦ ਹੈ। ਅਨੀਲ ਸ਼ਬਦ ਦਾ ਅਰਥ ਹੁੰਦਾ ਹਵਾ, ਹਵਾ ਤੋਂ ਅਰਥ ਹੈ ਪ੍ਰਾਣ, ਸਹਾਰਾ। ਹੇ ਪਰਮਾਤਮਾ, ਤੂੰ ਸਾਰਿਆਂ ਦਾ ਸਹਾਰਾ ਆ, ਆ ਜਿਹੜੇ ਪ੍ਰਾਣ ਸਾਡੇ ਚੱਲ ਰਹੇ ਨਾ, ਇਹ ਸਾਨੂੰ ਉਹ ਸਹਾਰਾ ਦੇ ਰਿਹਾ ਹਵਾ ਰਾਹੀਂ। ਜੇ ਉਹ ਇਹ ਪ੍ਰਾਣ ਚਲਾਈ ਰੱਖਦਾ ਹੈ ਤੇ ਉਹ ਸਵਾਸਾਂ ਨੂੰ ਜਿਉਂ, ਸਵਾਸਾਂ ਨੂੰ ਚਲਾਉਣ ਵਾਸਤੇ ਪ੍ਰਾਣ ਰੱਖਦਾ ਹੈ। ਹੇ ਮੇਰੇ ਮਾਲਕ, ਹਰ ਇੱਕ ਜੀਵ ਤੇਰੇ ਸਹਾਰੇ ਜੀ ਰਿਹਾ ਹੈ, ਤੂੰ ਪ੍ਰਾਣ ਦੇ ਰਿਹਾ ਉਸ ਨੂੰ। ਅਨਾਦ ਹੈ, ਅਨੀਲ ਹੈ, ਅਨਾਦ ਹੈ, ਜਿਹਦਾ ਮੁੱਢ ਕੋਈ ਨਾ ਲੱਭਿਆ ਜਾ ਸਕੇ। ਫਿਰ ਪਾਤਸ਼ਾਹ ਕਹਿੰਦੇ ਅਨਿੱਤ ਹੈ, ਜਿਹੜਾ ਪਰਮੇਸ਼ਰ ਜੋ ਨਿੱਤ ਦਿਸਣ ਵਾਲੇ ਪਦਾਰਥਾਂ ਵਰਗਾ ਨਹੀਂ ਹੈ। ਅਨਿੱਤ, ਸੁਨਿੱਤ ਹੈ, ਸਦਾ ਕਾਇਮ ਰਹਿਣ ਵਾਲਾ, ਆਜ਼ਾਦ, ਜਿੱਤਿਆ ਨਾ ਜਾ ਸਕੇ। ਜਿਹੜਾ ਕਦੇ ਵੀ, ਇੱਕ ਸ਼ਬਦ ਆਜ਼ਾਦ ਦਾ ਅਰਥ ਇਹ ਵੀ ਹੈ ਆ ਤੇ ਜਾਤ, ਆਉਣਾ ਤੇ ਜਾਣਾ, ਜਿਹੜਾ ਕਦੇ ਜੰਮਦਾ ਨਹੀਂ ਤੇ ਕਦੇ ਮਰਦਾ ਨਹੀਂ, ਕਦੇ ਆਉਂਦਾ ਨਹੀਂ ਨਾ ਜਾਂਦਾ ਹੈ, ਉਹ ਪਰਮੇਸ਼ਰ ਸਦਾ ਸਿਰ ਕਹਿਮ ਰਹਿਮ ਵਾਲਾ, ਜਿਹਦੇ ਬਾਰੇ ਗੁਰੂ ਸਾਹਿਬ ਦੀ ਬਾਣੀ 'ਚ ਐਸਾ ਵੀ ਬਚਨ ਹੈ, ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ। ਨਾਨਕ ਜੀ ਕਹਿੰਦੇ ਉਹ ਐਸਾ ਹੀ ਘਰ ਪਰਮੇਸ਼ਰ ਦਾ ਹੈ ਜਿੱਥੇ ਕਦੇ ਮਿਰਤ ਨਹੀਂ, ਜਨਮ ਨਹੀਂ, ਜਰਾ ਨਹੀਂ, ਬੁਢੇਪਾ ਕੋਈ ਨਹੀਂ ਹੈ। ਆਜ਼ਾਦ ਹੈ, ਸਦਾ ਹੀ ਆਜ਼ਾਦ ਹੈ, ਮੁੱਢ ਤੋਂ ਜੀਵਾਂ ਦਾ ਤੂੰ ਰਖਵਾਲਾ ਹੈ, ਤੂੰ ਪਰਮੇਸ਼ਰ ਜੀ ਜਨਮ ਰਹਿਤ ਹੈ, ਮੁੱਢ ਤੋਂ ਜੀਵਾਂ ਦਾ ਮੂਲ ਤੂੰ ਹੈ। ਚਰਪਟ ਛੰਦ ਤਵ ਪ੍ਰਸਾਦ, ਸਰਬੰਗ ਹੰਤਾ ਸਰਬੰਗੰਤਾ, ਹੰਤਾ ਦਾ ਅਰਥ ਹੈ ਮਾਰਨ ਵਾਲਾ। ਜੇ ਤੂੰ ਜਨਮ ਦਿੱਤਾ ਹੈ ਤੇ ਮਾਰਨਾ ਤੇਰੇ ਹੱਥ ਵਸ ਹੈ, ਬੰਦੇ ਦੇ ਹੱਥ ਵਸ ਵਸ ਨਹੀਂ, ਇਹ ਕਾਰਨ ਬਣਾਉਣਾ ਹੈ। ਬੰਦਾ ਕਈ ਵਾਰੀ ਨਾ ਕੋਸ਼ਿਸ਼ ਕਰ ਰਿਹਾ, ਕੋਈ ਦੁਖੀ ਹੈ ਸੰਸਾਰ ਦੇ ਦੁੱਖਾਂ ਤੋਂ, ਇਹਨਾਂ ਤੋਂ ਮਰਨ ਨੂੰ ਥਾਂ ਲੱਭਦਾ। ਕੋਈ ਬੰਦੇ ਐਸੇ ਹਨ
मर नहीं हो रहा, जीव ही नहीं करता, तो रब मरन भी नहीं दिता। जिनी तेरे उदा वाहिगुरु हुक्म नहीं होंदा, प्राणी नहीं मरदा, कारण बना लैंदा कारण, कारण करते वस है जिन कल रखी तार। इस करके सतगुरु पातशाह कहिंदे मालक परमात्मा जी मारना भी तेरे हाथ वस है, किसी होर दे नहीं। कोई इंसान किसी के हाथ विच की है भी किसी नूं जान देवे, प्राण लै लवे। एक तो जपजी साहिब वचन पढ़ते हो ना, हे मेरे मालक तेरी बड़ी वड्डी ए वड्याई वेख के हैरान हो जाईदा। तू जीवां नूं दे सवास दे के जन्म दिना है, तो सवास लै के फिर मिट्टी बना दिना है। इस करके सतगुरु पातशाह कहिंदे हन सरबंग हंता सरबंग गंता, गंता दा अर्थ है जानण वाला, हर एक तक तेरी पहुँच है, हर एक दी तू जानदा है। जरूरी नहीं भी जिहड़ा बंदा अमीर वड्डी भेटा रखेगा उही सुने, उहदी सुणदा है, उह सारिआं दी सुणदा है। बाबे सुथरे ने एक दिन इदां कीता, उह गुरु गोबिंद सिंह साहिब नूं मिलण गया, मिलण जावे भीड़ लगी वेख के मुड़ के आ गया। उन्हें एक तरीका बनाया, उन्हें रेत की पंड भरी सिर ते चुकी ते बड़ी तेज दौड़िया, भज्या भज्या भी जिवें बड़ा भार चुकया, ते संगत बड़ी खलोती। तो उन्हें आख्या साह संगत जी वेखो मेरे को भार बड़ा जे। उन्हें आख्या पता नहीं किड्डी कोड्डी भेटा लै गया है। जदों वेख्या सुथरे सिर ते पंड बड़ी भारी जी, उन्हें सारे राह खाली कर दिता, तो गुरु साहब के अगे जग सुट दी उन्हें पंड। तो पातशाह कहिंदे कहिंदा गुरु साहब रेत आ। महाराज कहिंदे भी यह कीता जी, कहिंदा महाराज उदा मैनू किसी ने मिलन नहीं देना, सिर ते पंड चुकी, मैं सोचा इदा लोग रात देणगे ना मैनू। तो पातशाह तू कहना की चाहना, कहिंदा गुरु साहब गल कह गल मैनू इंज लगा भी जिहदी पंड वड्डी लोग राह उहनू देंदे ने, जिहदी सिर ते पंड कोई नहीं राह कोई नहीं दिंदा। पछ कहिंदे इह लोकां दी सोच हो सकदी है, इह राजिआं दी सोच हो सकदी आ भी जिहदी पंड वड्डी है उहनू राह देना। इत्थे तां भई कोई पंडां वाला नहीं, इत्थे पंडां वाले दी भी उन्नी सुनी ते बिना पंड तो भी उन्नी सुनी जानी है। ऐसा नहीं है भी जिहदी पंड नहीं, जिन्हें कोई भेटा नहीं दित्ती ते गुरु उहदी सुनेगा नहीं। इह दुनिया दे राजिआं वांग नहीं है, जड़ा कोई भेटा भी नहीं देगा, फरियाद भी लियाएगा, कोई बेनती भी करता तो वह भी सुनी जाएगी। सुथरा जी तुसी गल अपने वालों सही करी, संसार दे राजे इदा ही करते हैं, संसार दे राजे असल च इदा ही करते। एक गरीब जनता, गरीब संसार दे जिहड़ी लोक है, संसार है, दुखी भी ता ही है क्योंकि राजे सुनते अमीरां दी हन, गरीब दी सुनदा किहड़ा है। ये तुसी अपने जग अपने वालों तुसी सही दलील दिती है, पर सतगुरु पातशाह कहिंदे मेरे मालक तू सरबंगंता, सारिआं तक तू पहुँच रखण वाला, हर एक दी तू सुणदा है, हर एक किते भी बैठा जीव जंतु तैनू बेनती करे तू मालक उहदी भी सुण लैंदा है। सरबंगख्याता, सारे पासे परमात्मा तू ख्याता मैंने प्रसिद्ध है, मशहूर है, सरबंग ज्ञाता सब कुछ जानने वाला है, सरबंग हरता सरबंग करता सारिआं नूं हरता मैंने खत्म करना, करता मैंने उन्हां नूं पैदा करने वाला, सरबंग प्राणंग सरबंग तराणंग सारिआं नूं जंद जिंद जान देने वाला, ते सरबंग तराणंग सारिआं दी ताकत भी तू है, सरबंग करमंग सरबंग धर्मंग हे परमेश्वर सब जीवों में व्यापक हो के तू आप ही सब काम कर रहे हैं। सरबंग करमंग हुण कई वारी बंदा कहिंदा है ना कि आ काम मैं कीता है, मैं ना करदा तो किसी ने करना ही नहीं सीगा, पर गुरु साहब कहिंदे नहीं भलिया, वह तेरे विच बैठ के तेथों सेवा लै गया है, तेरे विच वरत के तेथों सेवा लैंदा है। जिदन बाबे बचित्र सिंह ने हाथी दे मथे च नागनी मारी, वो ये नहीं कहिंदा मैं मारी, कहिंदा गुरु गोबिंद सिंह ने मारी है। वो कहिंदा मेरी की ताकत है, क्योंकि गुरु वरतदा है विच, गुरु परमेश्वर ने मैनू ताकत बख्शी है, एक कर्म उसदा आ, उन्हें मैनू एक कर्म मेथों उन्हें करवाया है, वह करवाने वाला है, मैं तो कुछ है ही नहीं हाँ।
ऐसे ऐसे गुरसिख सर्वं करमं सर्वं धर्मं हे परमेश्वर भाई गुरु सच्चे पातशाह जी तू आप ही अपने फर्ज नभाना है धर्म ऐसा फर्ज तू कदे अपने फर्ज तो कदे भी उकाई नहीं करता बंदा तो किसी ना नाराज हो जाए ना दरवाजे बंद कर दऊ घरों कढ दऊ पे साढ़े घर ना वड़ी प्रशादत नू रोटी पानी बंद कर देंगे गुस्से चा के पर परमेश्वर वाहेगुरु ऐसा नू लोग बड़ी बुरा बोलते हैं बड़ा भैड़ा बोलते हैं वो कोई नास्तक हो के भी आखे भी रब नू असी मनते नहीं असी आप कमाने आप खाने रब साडा की लगता रब उनू भी दे रहा वो अपना धर्म फिर भी निभाई जा रहा है भावें तुम आखो रोटी कमाने आप सुस तो थोड़ा कमा लें आप वो तो दे ही दिया ना जिन्ना चर उन्हें तो लिख दिता है ना भी तुम इन्ना चर जीना आने अपना फर्ज नभाना ही नभाना अपने वालों पूरा वफादार आ जे उन्हें आख्या तुम 70 साल 60 साल सुस लैने लैने तो उन्हें साल देने ही देने तुम अगों मनो चाहे ना मनो वो अपना फर्ज नभा रहा तुसी अगों नहीं निभाओगे तो गल वक्री पर गुरु साहब ने सानू बाणी दे राही अपने फर्जा तो जाणू करवाया है कि तुहाडी तुसी अपने फर्जा नू निभावो बंदा अपने फर्जा तो भुल गया है पर परमात्मा अपने फर्ज नहीं भुलदा हमेशा निभाउंदा है सरबंग धर्मं सरबंग जुगता हे गरीबन मेरे गरीबन वाज पातशाह जीओ तू सारे अंदर वरत के मिलिया होया है सब थां ते जुगत मैंने एक थां दूजी थां ते जुगत बना के जीवां नू जोड़दा भी है जीवां नू तोड़दा भी है ते जीवां नू खलाउना भी है पियाउना भी है जुगता भी सब कुछ तेरे हाथ विच ने कई बार जरिया बनाउंदा है परमात्मा जुगत जरिया मान लो कोई आदमी किते बैठा है कोई किते बैठा है पर कोई परमात्मा जुगत बनाउंदा है जरिया बनाउंदा है मान लो आप समझ लेने हुण मैं किते बैठा तुहाडा नगर इत्थे परमात्मा ने जरिया बनाया गुरद्वारा साहब जुगत बनाई अपना इकट्ठ मेल होया इदां ही वह वाहेगुरु परमात्मा अकाल पुरख पता नहीं किन्ने को जीवां दे विच वरत के जुगत बना रहा जरिया बन रहा है कईयां नूं रुजक दे रहा रोटी दे रहा पानी फड़ा रहा मुसीबत विच फसिया होयां दा हल कढ रहा मदद कर रहा है ये जुगत बनाई है उसने जुगत बना के वरत रहा जरिया बना के हुण कोई गुरसिख सेवा कर रहा है भावें हड़ां च कर रहा है भावें ओवर दीआं गोलियां च कर रहा है भावें भाई कन्हैये वर्गा जंग दे मैदान च पानी पिया रहा है वह कहिंदा मेरे मालिक सब कुछ तू वरतदा पिया मैं तो कुछ भी नहीं जुगत तू बनाउणा पिया तेरे करके है मैं तो होंद ही कोई नहीं गे इवें करके गुरसिख की यह भावना है कि परमेश्वर वाहिगुरू सब थां जुगत वरतदा है सरबंग जुगता सरबंग मुक्ता सब थावां ते मालिक परमात्मा तू वसिया है पर तू मुक्त है हर चीज तो तू मुक्त है फिर पातशाह ने बख्शिश करके समझा दिता कि हे मेरे वाहिगुरु सच्चे पातशाह जीओ तेरा सारी थावां अंदर जिहड़ा जरिया बनता है तो जीवां नूं मुक्त करदा आ ते जीव मन लो एक उदाहरण एक समाप्ति कर देण लगा परमेश्वर ने बाणी दे राही सानू जुगत दसी जरिया बनाया सानू बाणी ते बाणी ने सानू जीवन मुक्त करना सिखा दिता गुरु नानक साहब ने शरीर करके तो सदा वास्ते इस जड़ा गुरु पद से शरीर नाल हटा के शब्द नाल जोड़ दिता ताकि हे बंदे तेनू जिस बाणी दे नाही जोड़ दिता इस बाणी दे जरिए राही तू मुक्त हो सकदा आ परमात्मा विच मिल सकदा आ इस करके जुगत भी वह आप बनाउंदा है मुक्त भी वह आप ही करदा आ गुरु साहब की कृपा हदक आपां 144 बंदां दी विचार कीती बाकी कल नूं भुल्लां दी खिमा बुलाओ फतेह वाहेगुरु जी का खालसा वाहेगुरु जी की फतेह।